ਸੁਣੀਆ ਇਧਰ ਪਿੱਤਰ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਜੈ ਸ਼ੰਕਰ ਜੈ ਨਾਗ ਦੇਵਤਾ। ਸੋਹਣੀ ਕਿੰਨੇ ਕੁ ਸੱਪ ਤੈਨੂੰ ਪਰੇਸ਼ਾਨ ਕਰਨ ਡੇ ਆ? ਮੈਨੂੰ, ਮੈਂ ਜਦੋਂ ਵੀ ਆਉਣਾ ਨਾ ਇੱਧਰ ਪਾਣੀ ਲਾਉਣ, ਮੈਨੂੰ ਇੱਕ ਦੋ ਤੇ ਮਿਲਦੇ ਹੀ ਮਿਲਦੇ ਆ ਨੇੜੇ ਆਈ, ਤੇ ਉਹ ਤੇ ਉੱਥੇ ਤੇ ਪੱਕਾ ਫਣੀਅਰ ਹੁੰਦਾ ਹੀ ਹੁੰਦਾ। ਤੂੰ ਆ ਮੇਰਾ ਸੱਜਣ। ਹਾਂਜੀ। ਤੇਰੇ ਕੋ ਨਾ ਮੈਂ ਤੇਲ ਦਾ ਪੈਸਾ ਲੈਣਾ? ਹਾਂਜੀ। ਠੀਕ ਆ, ਠੀਕ ਹੈ ਜੀ। ਨਾ ਤੇਰੇ ਕੋ ਸੱਪ ਫੜਨ ਦੇ ਪੈਸੇ ਲੈਣੇ? ਠੀਕ ਹੈ ਜੀ। ਆ ਰੋਡ ਦੇ ਉੱਤੇ ਜਿੰਨੇ 5-7 ਸੱਪ ਹੈਗੇ ਆ, ਹਾਂਜੀ, ਜਿੱਦਾਂ ਉਹ ਬੰਬੀ ਦੇ ਹੀ ਇੱਕ ਇੱਥੇ ਫਣੀਅਰ ਆ, ਇਹ ਆ, ਤੂੰ ਮੈਨੂੰ ਸਾਰੇ ਸੱਪ ਦੱਸਣੇ ਆ। ਠੀਕ ਹੈ ਜੀ। ਮੈਂ ਤੇਲ ਦਾ ਪੈਸਾ ਵੀ ਨਹੀਂ ਤੇਰੇ ਕੋਲ ਲੈਣਾ। ਠੀਕ ਹੈ ਜੀ, ਕਿਉਂਕਿ ਤੂੰ ਵੀ ਮਿਹਨਤ ਵਾਲਾ, ਮਜ਼ਦੂਰੀ ਵਾਲਾ, ਦਿਹਾੜੀਦਾਰ ਬੰਦਾ ਵਾ। ਹਾਂਜੀ ਹਾਂਜੀ। ਜਿਹਦੇ ਕੋਲ ਪੈਸੇ ਲੈਣੇ ਆ ਉਹਦੇ ਕੋਲ ਅਸੀਂ ਲੈਣੇ ਆ, ਜਿਹਦੇ ਕੋਲ ਥੋੜ੍ਹੀ ਜਿਹੀ ਵੀ ਇਨਸਾਨੀਅਤ ਰੱਖ। ਹਨੇਰੇ ਸਵੇਰੇ ਪਾਣੀ ਲਾਉਣ ਆਈ, ਪਾਣੀ ਲਾਉਣ ਤੁਹਾਨੂੰ ਫੋਨ ਲਾਇਆ ਗੇ, ਇਹ ਤਾਂ ਤੂੰ ਹੀ ਕਾਬੂ ਆ ਗਈ। ਹਾਂਜੀ। ਹੁਣ ਇੱਕ ਫਨੀਅਰ ਵੇਖਦੇ ਆ, ਇੱਕੋ ਜਿਹੜੇ ਬੰਬੀ ਦੇ ਗਏ, ਦੂਜੀ ਤੇ ਉਹ ਆ, ਅੱਜ ਸਾਰੀ ਦਿਹਾੜੀ ਤੇਰੇ ਨਾਲ। ਠੀਕ ਹੈ ਜੀ। ਚਾਹ ਪੀਣੀ ਆ ਤੇਰੇ ਕੋਲ ਸਿਰਫ ਇੱਕ ਵਾਰ। ਠੀਕ ਹੈ ਜੀ, ਠੀਕ ਹੈ। ਚਾਹ ਬੂਆ ਤੇਰੇ ਕੋਲ ਕੋਈ ਨਹੀਂ ਲੈ, ਤੈਨੂੰ ਹੁਣੇ ਪਿਆ ਦੇਣੇ। ਦੋਸਤੋ, ਜਿੱਦਾਂ ਕਿ ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਦਮੂਈ, ਗੌਰ ਦੇ ਨਾਲ ਵੇਖੋ, ਦਮੂਈ ਦੇ ਦੋ ਮੂੰਹ ਨਹੀਂ ਹੁੰਦੇ। ਠੀਕ ਆ, ਜਿਹੜੇ ਲੋਕ ਕਹਿੰਦੇ ਦੋ, ਆਹ ਦੇਖੋ, ਇਹ ਦੇਖੋ ਦਮੂਈ ਦਾ ਮੂੰਹ। ਠੀਕ ਹੈ ਜੀ। ਅੱਖਾਂ ਦਿਖ ਰਹੀਆਂ, ਸਾਰਾ ਕੁਝ ਦਿਖਾਉਣਾ। ਹਾਂਜੀ ਹਾਂਜੀ ਹਾਂਜੀ। ਠੀਕ ਆ, ਇੱਕ ਹੀ ਹੁੰਦਾ ਵਾ। ਆਹ ਦੇਖੋ, ਹੁਣ ਦੂਜਾ ਮੂੰਹ ਵੇਖੋ, ਦਮੂਈ ਦਾ ਹੈਗਾ ਵਾ, ਪਹਿਲਾਂ ਮੈਨੂੰ ਤੁਸੀਂ ਦੱਸੋ। ਲਓ ਨਹੀਂ ਹੈਗਾ, ਆਹ ਜਿੱਥੋਂ ਲੈਟਰਿੰਗ ਵਾਲੀ ਜਗ੍ਹਾ। ਠੀਕ ਹੈ। ਤੇ ਸਿਰਫ ਫਿਰ ਤੁਸੀਂ ਆਉਂਦੇ ਵੀ ਜੋਗੀਆਂ ਨੂੰ ਮਾੜਾ ਕਹਿੰਦਾ, ਫਿਰ ਮਾੜਾ ਨਾ ਕਵਾਂ ਤਾਂ ਮੈਂ ਹੋਰ ਕੀ ਕਵਾਂ। ਆਹ ਵੇ ਜਿੱਦਾਂ ਹੁਣ ਮੇਰੇ ਆ ਲੱਗ ਗਈ, ਇਹ ਇਹਦੀ ਪੋਟੀ ਆ ਜਿੱਦਾਂ ਮੇਰੇ ਲੱਗ ਗਈ। ਉਹ ਕਰਨ ਦੀ ਇਹ ਪੋਟੀ ਆ ਵੀ ਜਿੱਦਾਂ ਕਹਾਂ ਮੇਰੇ ਹੱਥ ਲੱਗ ਗਈ। ਹੁਣ ਤੁਹਾਡਾ ਮੰਨਣਾ ਵਾ ਕਿ ਮੇਰਾ ਹੱਥ ਕਲੂਗਾ, ਇਹੀ ਮੰਨਣਾ ਨਾ। ਅਸੀਂ ਵੀ ਇਹ ਚੀਜ਼ਾਂ ਦਾ ਟ੍ਰੀਟਮੈਂਟ ਕਰਦੇ, ਕਿਸੇ ਨੂੰ ਜ਼ਖਮ ਹੋ ਜਾਂਦਾ, ਕੱਖ ਲੱਗ ਜਾਂਦਾ ਵਾ, ਪਰ ਸਾਨੂੰ ਇਹ ਪਤਾ ਵਾ ਵੀ ਅਸੀਂ ਇਸ ਚੀਜ਼ ਦਾ ਕਿੱਦਾਂ ਟ੍ਰੀਟਮੈਂਟ ਕਰਦਾ, ਅਸੀਂ ਕਿਹੜੀ ਦਵਾਈ ਨਾਲ ਹੱਥ ਧੋਣੇ ਆ। ਇਹ ਵੇਖੋ, ਇਹਦੇ ਦੋ ਮੂੰਹ ਨਹੀਂ ਹੁੰਦੇ। ਆ ਦੇਖੋ, ਕਾ ਲੈਟਰਿੰਗ ਕੀਤੀ ਇਹਨੇ? ਕੋਈ ਨਹੀਂ, ਇਹਦੀ ਅੱਖਾਂ ਦਿਖਾ ਦਿੰਦੇ, ਇਹ ਦੇਖਰੀ ਅੱਖਾਂ, ਇਹ ਜ਼ਬਾਨ ਕਰਦੀ ਹੈ। ਇਹ ਜਿੰਨੇ ਵੀ ਪੰਚ ਵਾਲੇ ਹੈਗੇ ਆ, ਇਹਨਾਂ ਨੂੰ ਫੜ ਕੇ ਕਿਤੇ ਨਾ ਕਿਤੇ ਸੇਫ ਜਗ੍ਹਾ 'ਤੇ ਛੱਡਿਆ। ਠੀਕ ਹੈ ਜੀ। ਜਿੱਦਾਂ ਕਿ ਇੱਕ ਫੜ ਲਿਆ ਵਾ, ਅਤੇ ਹੁਣ ਦੇਖਦੇ ਹਾਂ ਕਿ ਬਾਕੀ ਫਨੀਅਰ ਸ਼ਨੀਅਰ ਆਪਾਂ ਨੂੰ ਕਿੱਥੇ ਮਿਲਦੇ ਆ, ਮਾਰਨਾ ਮੂਰਨਾ ਦੇ। ਆ ਇੱਧਰ ਮਾਰ। ਸੋਹਣੀ, ਕਿੱਦਾਂ ਦਾ ਕੰਮ ਲੱਗਦਾ? ਵਧੀਆ ਵਧੀਆ ਵਧੀਆ, ਕਿਹਨੂੰ ਖੁਸ਼ੀ ਹੋਈ ਅੱਜ ਮਿਲ ਕੇ ਤੁਹਾਨੂੰ? ਦੇਖੋ, ਪਤਾ ਗੱਲ ਕੀ, ਜੇ ਮੇਰਾ ਕੋਈ ਸੱਜਣ ਵਾ ਕੋਈ 150 ਕਿਲੋਮੀਟਰ ਦੂਰ ਛੱਡ ਲਏ, ਅਸੀਂ ਵੀ ਜ਼ਿੰਦਗੀ 'ਚ ਪੈਸਾ ਮੁੱਖ ਨਹੀਂ ਰੱਖਿਆ। ਆ 4-5 ਸੱਪ ਆ, ਤੂੰ ਜਦੋਂ ਕੰਮ ਕਰਦਾ ਤੈਨੂੰ ਸਾਰੇ ਸੱਪਾਂ ਦੇ ਦਰਸ਼ਨ ਹੁੰਦੇ ਆ। ਚਲੋ, ਲਾਗੇ ਪਿੰਡ ਵਾ, ਬੰਬੀ ਆ, ਕਿਸੇ ਦਾ ਵੀ ਜੀ ਦਾ ਨੁਕਸਾਨ ਨਾ ਹੋਏ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਜੀ ਦਾ ਨੁਕਸਾਨ ਹੋਏ, ਅਸੀਂ ਇਹ ਚਾਹੁੰਦੇ ਹਾਂ ਕਿ ਜੇ ਕੋਈ ਪਰੇਸ਼ਾਨ ਵਾ, ਅਸੀਂ ਬਿਨਾਂ ਪੈਸਿਆਂ ਤੋਂ ਵੀ ਕੰਮ ਕਰਾਂਗੇ। ਠੀਕ ਹੈ ਜੀ। ਅਸੀਂ 10-20 ਕਿਲੋਮੀਟਰ ਦੂਰ ਜਾ ਕੇ ਅਸੀਂ ਬਿਨਾਂ ਤੇਲ ਤੋਂ ਵੀ ਉਹਨਾਂ ਦੀ ਹੈਲਪ ਕਰਾਂਗੇ। ਠੀਕ ਹੈ ਜੀ। ਹਰ ਇੱਕ ਜਗ੍ਹਾ ਦੇ ਉੱਤੇ ਅਸੀਂ ਪੈਸਾ ਮੁੱਖ ਨਹੀਂ ਰੱਖਿਆ। ਠੀਕ ਹੈ ਜੀ। ਅਤੇ ਦੋਸਤੋ, ਇਹ ਵੀਡੀਓ ਤੁਸੀਂ ਮੇਰੇ ਯੂਟਿਊਬ ਚੈਨਲ ਨਾਗ ਕੇ ਬਾਈ 'ਤੇ ਦੇਖ ਰਹੇ ਜੇ। ਇੱਕ ਮੇਰਾ ਯੂਟਿਊਬ ਚੈਨਲ ਨਵਾਂ ਜੇ, ਸਬਸਕ੍ਰਾਈਬ ਜ਼ਰੂਰ ਕਰਿਓ, ਸਨੇਕਮੈਨ ਪੰਜਾਬ। ਕਾਫੀ ਚੀਜ਼ਾਂ ਦੀ ਮੈਂ ਦੇਸੀ ਦਵਾਈ ਬਣਾਉਂਦਾ, ਜ਼ਖਮ ਜ਼ੁਖਮ ਜਿੱਦਾਂ ਕਿਸੇ ਦਾ ਠੀਕ ਨਹੀਂ ਹੁੰਦਾ, ਟਾਈਫਾਇਡ ਨਹੀਂ ਠੀਕ ਹੁੰਦਾ, ਪਾਵਾ ਸ਼ੀਰ ਨਹੀਂ ਠੀਕ ਹੁੰਦੀ, ਕਾਫੀ ਚੀਜ਼ਾਂ ਦੀ ਦੋਸਤੋ ਦੇਸੀ ਦਵਾਈ ਬਣਾਈ ਦੀ ਆ। ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਆ, ਕੋਈ ਲੇਡੀਜ਼ ਨੂੰ ਲਕੋਰੀਆ ਨਹੀਂ ਠੀਕ ਹੁੰਦਾ, ਕੋਈ ਜੈਂਟਸ ਪ੍ਰੋਬਲਮ ਆ, ਕਿਸੇ ਨੂੰ ਪੀਲੀਆ ਨਹੀਂ ਠੀਕ ਹੁੰਦਾ, ਸਕਰੀਨ 'ਤੇ ਨੰਬਰ ਚੱਲ ਰਿਹਾ ਵਾ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਜੀ। ਅਤੇ ਬਾਕੀ ਦੇਖਦੇ ਹਾਂ, ਹੁਣ ਫਨੀਅਰ ਸੱਪ ਜੇ ਲੱਭ ਜੇ ਤਾਂ ਉਹ ਵੀ ਚੰਗੀ ਗੱਲ ਆ, ਨਹੀਂ ਤਾਂ ਅੱਜ ਆਏ ਹਾਂ ਫਿਰ ਇੱਕ ਚੱਕਰ ਹੋਰ ਮਾਰਨਾ ਪਊਗਾ ਤੇਰੇ ਵਾਸਤੇ। ਇਹ ਦੇਖੋ ਦੋਸਤੋ, ਦੂਜਾ ਸੱਪ ਫਨੀਅਰ ਆ, ਬੜੇ ਟਿਕਾਣੇ ਦੇ ਉੱਤੇ ਲੱਭਾ ਵਾ। ਅੱਜ ਦੇ ਸਾਰੇ ਕੰਮ ਜਿਹੜੇ ਆ ਸਾਡੇ ਸੇਵਾ ਹੀ ਵਾਲੇ ਆ। ਨਹੀਂ, ਮਰ ਗਿਆ, ਮਰ ਗਿਆ। ਹਾਂ, ਜਿੱਦਾਂ ਕਿ ਦੋਸਤੋ ਆਪਾਂ ਤਾਂ ਜਾਨਵਰਾਂ ਦੀ ਬਹੁਤ ਹੈਲਪ ਕਰਦੇ ਹਾਂ, ਪਰ ਇਹ ਸਿਰਫ ਉਹ ਸਿਰਫ ਜਿਹੜਾ ਸੱਪ ਆ ਠੰਡ ਨਾਲ ਮਰ ਗਿਆ। ਇਹ ਫਨੀਅਰ ਆ। ਹਾਂਜੀ। ਜ਼ੂਮ ਕਰਕੇ ਲੋਕਾਂ ਨੂੰ ਵਿਖਾ ਦੀ, ਐਕਸਪਾਇਰ ਹੋ ਗਿਆ। ਇਹਨੂੰ ਹੋਇਆ ਕੀ ਹੋਊਗਾ ਫਿਰ? ਠੰਡ। ਹਾਂਜੀ, ਠੰਡ। ਸੱਟ ਵੀ ਲੱਗੀ ਲੱਗਦੀ ਧੌਣ ਤੇ ਹੋਵੇ। ਹਾਂ, ਹੋ ਸਕਦਾ ਲੱਗੀ ਆ, ਲੱਗੀ ਆ, ਜਿੱਦਾਂ ਮੋਟਰਸਾਈਕਲ ਕੋਈ ਲੰਘਦਾ ਨੂੰ ਆਏ ਤੇ ਜੀਂਦਾ ਹੀ ਫੜਨ। ਹਾਂ, ਚਲੋ।
ਦੋ ਕੰਮ ਤੇਰੇ ਹੋ ਗਏ ਆ, ਲਾਸਟ ਰਹਿ ਗਿਆ ਉਹ ਵੀ ਤੇਰਾ ਕਰ ਦਿੰਨੇ ਆ। ਠੀਕ ਹੈ ਜੀ, ਆਪਾਂ ਤੇ ਇਹਨੂੰ ਵੀ ਛੱਡਣਾ ਸੀ ਤੇ ਉਹਨੂੰ ਵੀ ਛੱਡਣਾ ਹੈ। ਵੈਸੇ ਜਿਹੜਾ ਤੁਸੀਂ ਆਂਦੇ ਉਹੀ ਆ ਨਾ, ਉਹੀ ਆ, ਉਹੀ ਜੋ ਸਾਨੂੰ ਫਨੀਅਰ ਦਾ ਪਤਾ ਕਿੱਦਾਂ ਲੱਗਦਾ ਨਾ। ਹਾਂਜੀ 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 ਹਾਂਜੀ, ਆਹ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਦੋਸਤੋ, ਇਹ ਦੇਖ, ਚੈਨਲ ਲਾਈਕ ਸ਼ੇਅਰ ਕਮੈਂਟ ਕਰਿਓ। ਹੁਣ ਵੇਖਦੇ ਆ ਤੀਜੀ ਟੂਟੀ ਵੀਰ ਕਿੱਥੇ ਲਵਾਉਂਦਾ ਘੱਟ।